हेलो स्टूडेंट, अपना सब्जेक्ट है वर्कशॉप कैलकुलेशन एंड साइंस। वर्कशॉप कैलकुलेशन एंड साइंस आईटीआई का एक प्रमुख विषय है। इस विच तुसी वर्कशॉप कैलकुलेशन एंड साइंस बारे जानकारी हासिल करोगे। जिन्हें भी टेक्निकल ट्रेडा हैं जिमें वेल्डर, इलेक्ट्रीशियन, पलंबर, डीजल मकैनिक, उन्हें सारे वर्कशॉप कैलकुलेशन एंड साइंस पढ़नी पैंदी है। अज की वीडियो में आप वर्कशॉप कैलकुलेशन एंड साइंस के सिलेबस बारे जानकारी हासिल करांगे। वर्कशॉप कैलकुलेशन विच जिहड़े टॉपिक मैथ नाल रिलेटेड हुंदे हन उह आउंदे हन। वर्कशॉप साइंस विच जिहड़े भी टॉपिक साइंस नाल रिलेटेड हुंदे हन आपां उहनां बारे जानकारी हासिल करांगे। वर्कशॉप कैलकुलेशन दे विच सब तों पहला टॉपिक है जूनट। जूनट टॉपिक दे विच आपां डिफरेंट टाइप ऑफ सिस्टम बारे जिवें MKS सिस्टम, FPS सिस्टम, CGS सिस्टम एंड SI सिस्टम बारे जानकारी हासिल करांगे। इस विच मास, लेंथ एंड टाइम बारे आपां अते इन्हां दीआं जुनटां बारे जानकारी हासिल करांगे। नंबर 2 दे उत्ते है फ्रिक्शन। फ्रिक्शन एक तरह दीआं भिन्नां हुंदीआं हन। आपां इस दे विच ਪਿੰਨਾਂ ਦਾ LCM, HCF, ਉਹਨਾਂ ਨੂੰ ਕਿਵੇਂ ਐਡ ਕਰਨਾ ਹੈ, ਕਿਵੇਂ ਸਬਟ੍ਰੈਕਟ ਕਰਨਾ ਹੈ, ਉਹਨਾਂ ਦੀ ਮਲਟੀਪਲੀਕੇਸ਼ਨ ਕਿਵੇਂ ਕਰਨੀ ਹੈ, ਉਹਨਾਂ ਨੂੰ ਡਿਵੀਜ਼ਨ ਕਿਵੇਂ ਕਰਨਾ ਹੈ, ਇਹਨਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਸ ਤੋਂ ਅਗਲਾ ਟੌਪਿਕ ਹੈ ਸਕੁਆਇਰ ਰੂਟ ਐਂਡ ਰੇਸ਼ੋ ਐਂਡ ਪ੍ਰਪੋਰਸ਼ਨ। ਇਸ ਟੌਪਿਕ ਦੇ ਵਿੱਚ ਆਪਾਂ ਕਿਸੇ ਵੀ ਨੰਬਰ ਦਾ ਸਕੁਆਇਰ ਰੂਟ ਕੱਢਣਾ ਸਿੱਖਾਂਗੇ ਅਤੇ ਆਪਣੇ ਕੋਲ ਜੇ ਦੋ ਸੇਮ ਕੁਆਂਟੀਆਂ ਹਨ ਅਤੇ ਉਹਨਾਂ ਦੀਆਂ ਯੂਨਿਟਾਂ ਵੀ ਸੇਮ ਹਨ ਤਾਂ ਆਪਾਂ ਉਹਨਾਂ ਦੀ ਰੇਸ਼ੋ ਐਂਡ ਪ੍ਰਪੋਰਸ਼ਨ ਬਾਰੇ ਵੀ ਜਾਣਕਾਰੀ ਹਾਸਿਲ ਕਰਾਂਗੇ। ਅਗਲਾ ਟੌਪਿਕ ਹੈ ਆਪਣਾ ਪਰਸੈਂਟੇਜ। ਪਰਸੈਂਟੇਜ ਦੇ ਵਿੱਚ ਆਪਾਂ ਕਿਸੇ ਵੀ ਨੰਬਰ ਦਾ ਕੋਈ ਭਾਗ ਕੱਢਣਾ ਸਿੱਖਾਂਗੇ, ਜਿਵੇਂ ਮਤਲਬ 25%, 1/4 ਭਾਗ, ਇਸ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਾਂਗੇ। ਜਿਵੇਂ ਕਿ ਤੁਸੀਂ ਪਿਛਲੀਆਂ ਕਲਾਸਾਂ ਵਿੱਚ ਵੀ ਪਰਸੈਂਟੇਜ ਪੜ੍ਹਦੇ ਆਏ ਹੋ। ਪਰਸੈਂਟੇਜ ਨੂੰ ਪੰਜਾਬੀ ਵਿੱਚ ਪ੍ਰਤੀਸ਼ਤ ਕਿਹਾ ਜਾਂਦਾ ਹੈ। ਇਸ ਤੋਂ ਅਗਲਾ ਟੌਪਿਕ ਹੈ ਅਲਜੈਬਰਾ। ਅਲਜੈਬਰੇ ਵਿੱਚ ਆਪਾਂ ਲੀਨੀਅਰ ਇਕੁਏਸ਼ਨਾਂ ਨੂੰ ਹੱਲ ਕਰਨਾ ਸਿੱਖਾਂਗੇ, ਉਹਨਾਂ ਨੂੰ ਐਡੀਸ਼ਨ ਕਿਵੇਂ ਕਰਨਾ ਹੈ ਅਤੇ ਉਹਨਾਂ ਦੀ ਸਬਟ੍ਰੈਕਸ਼ਨ ਕਿਵੇਂ ਕਰਨੀ ਹੈ। ਇਸ ਤੋਂ ਅਗਲਾ ਟੌਪਿਕ ਹੈ ਆਪਣਾ ਮੈਨਸੂਰੇਸ਼ਨ। ਮੈਨਸੂਰੇਸ਼ਨ ਵਿੱਚ ਆਪਾਂ ਏਰੀਆ ਕਿਸੇ ਵੀ ਸਰਕਲ ਦਾ ਏਰੀਆ ਜਾਂ ਕਿਸੇ ਹੋਰ ਵੀ ਚੀਜ਼ ਦਾ ਏਰੀਆ ਫਾਇੰਡ ਕਰਨਾ ਸਿੱਖਾਂਗੇ। ਇਸ ਵਿੱਚ ਆਪਾਂ ਪੈਰੀਮੀਟਰ ਅਤੇ ਏਰੀਆ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਇਸ ਤੋਂ ਅਗਲਾ ਟੌਪਿਕ ਹੈ ਆਪਣਾ ਟ੍ਰਿਗਨੋਮੈਟਰੀ। ਟ੍ਰਿਗਨੋਮੈਟਰੀ ਵਿੱਚ ਆਪਾਂ ਡਿਫਰੈਂਟ ਟਾਈਪ ਆਫ ਐਂਗਲਸ ਨੂੰ ਆਪਾਂ ਸਿੰਪਲ ਹੱਲ ਕਰਨਾ ਸਿੱਖਾਂਗੇ। ਇਸ ਵਿੱਚ ਆਪਾਂ ਟ੍ਰਿਗਨੋਮੈਟਰੀ ਟੇਬਲਾਂ ਬਾਰੇ ਜਾਣਕਾਰੀ ਹਾਸਿਲ ਕਰਾਂਗੇ ਅਤੇ ਬੇਸਿਕ ਉਹਨਾਂ ਦੇ ਫੰਕਸ਼ਨ ਬਾਰੇ ਦੇਖਾਂਗੇ। ਇਹਦੇ ਸਾਈਡ ਦੇ ਉੱਤੇ ਹੈ ਆਪਣਾ ਵਰਕਸ਼ਾਪ ਐਂਡ ਸਾਇੰਸ। ਵਰਕਸ਼ਾਪ ਸਾਇੰਸ ਦਾ ਸਭ ਤੋਂ ਪਹਿਲਾ ਟੌਪਿਕ ਹੈ ਮਟੀਰੀਅਲ ਸਾਇੰਸ। ਮਟੀਰੀਅਲ ਸਾਇੰਸ ਦੇ ਵਿੱਚ ਆਪਾਂ ਡਿਫਰੈਂਟ ਟਾਈਪ ਆਫ ਮੈਟਲਸ, ਨੋਨ ਮੈਟਲਸ, ਮੈਟਲਸ ਐਂਡ ਨੋਨ ਮੈਟਲਸ ਬਾਰੇ ਜਾਣਕਾਰੀ ਹਾਸਿਲ ਕਰਾਂਗੇ ਅਤੇ ਉਹਨਾਂ ਦੇ ਅਲਾਏ ਬਾਰੇ ਜਾਣਕਾਰੀ ਵੀ ਆਪਾਂ ਇਸ ਸਬਜੈਕਟ ਵਿੱਚ ਇਸ ਚੈਪਟਰ ਵਿੱਚ ਹਾਸਿਲ ਕਰਾਂਗੇ। ਇਸ ਤੋਂ ਅਗਲਾ ਟੌਪਿਕ ਹੈ ਆਪਣਾ ਮਾਸ, ਵੇਟ ਐਂਡ ਡੈਂਸਿਟੀ। ਇਸ ਤੋਂ ਅਗਲਾ ਟੌਪਿਕ ਹੈ ਆਪਣਾ ਸਪੀਡ ਐਂਡ ਵੈਲੋਸਿਟੀ। ਸਪੀਡ ਐਂਡ ਵੈਲੋਸਿਟੀ ਵਿੱਚ ਆਪਾਂ ਕਿਸੇ ਵੀ ਮਸ਼ੀਨ, ਮੋਟਰ ਜਾਂ ਹੋਰ ਵੀ ਡਿਸਟੈਂਸ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਸਪੀਡ ਵਿੱਚ ਆਪਾਂ ਸਪੀਡ ਨੂੰ ਆਪਾਂ ਪੰਜਾਬੀ ਵਿੱਚ ਚਾਲ ਕਹਿੰਦੇ ਹਾਂ ਅਤੇ ਵੈਲੋਸਿਟੀ ਨੂੰ ਆਪਾਂ ਵੇਗ ਕਹਿੰਦੇ ਹਾਂ। ਆਪਾਂ ਤੀਜੇ ਚੈਪਟਰ ਵਿੱਚ ਇਹਨਾਂ ਦੀ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਇਸ ਤੋਂ ਬਾਅਦ ਹੈ ਵਰਕ ਪਾਵਰ ਐਂਡ ਐਨਰਜੀ। ਇਸ ਵਿੱਚ ਆਪਾਂ ਉਹਨਾਂ ਦੀ ਵਰਕ ਪਾਵਰ ਐਂਡ ਐਨਰਜੀ ਦੀਆਂ ਬੇਸਿਕ ਯੂਨਿਟਾਂ ਬਾਰੇ ਜਾਣਕਾਰੀ ਹਾਸਿਲ ਕਰਾਂਗੇ ਅਤੇ ਉਹਨਾਂ ਨੂੰ ਕਿਵੇਂ ਆਪਾਂ ਇਸਤੇਮਾਲ ਕਰਨਾ ਹੈ ਉਹ ਆਪਾਂ ਸਾਰਾ ਇੱਥੇ ਦੇਖਾਂਗੇ। ਇਸ ਤੋਂ ਅਗਲਾ ਟੌਪਿਕ ਹੈ ਆਪਣਾ ਹੀਟ ਐਂਡ ਟੈਂਪਰੇਚਰ। ਹੀਟ ਐਂਡ ਟੈਂਪਰੇਚਰ ਵਿੱਚ ਆਪਾਂ ਟੈਂਪਰੇਚਰ ਦੀ ਕਨਵਰਜਨ, ਹੀਟ ਨੂੰ ਕਿਵੇਂ ਮੈਜਰਮੈਂਟ ਕਰਨੀ ਹੈ ਉਹਨਾਂ ਦੀ, ਆਪਾਂ ਇਸ ਬਾਰੇ ਜਾਣਕਾਰੀ ਹਾਸਿਲ ਕਰਾਂਗੇ। ਇਸ ਤੋਂ ਅਗਲਾ ਟੌਪਿਕ ਹੈ ਬੇਸਿਕ ਇਲੈਕਟ੍ਰਿਸਿਟੀ। ਬੇਸਿਕ ਇਲੈਕਟ੍ਰਿਸਿਟੀ ਇਲੈਕਟ੍ਰੀਸ਼ਨ ਟ੍ਰੇਡ ਨਾਲ ਸੰਬੰਧਿਤ ਬੱਚਿਆਂ ਲਈ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਇਸ ਵਿੱਚ ਆਪਾਂ ਬੇਸਿਕ ਇਲੈਕਟ੍ਰਿਸਿਟੀ ਦੇ ਸਾਰੇ ਫੰਡੇ ਕਲੀਅਰ ਕਰਾਂਗੇ। ਇਸ ਤੋਂ ਅਗਲਾ ਟੌਪਿਕ ਹੈ ਲੀਵਰ ਐਂਡ ਸਿੰਪਲ ਮਸ਼ੀਨ। ਇਹਨਾਂ ਵਿੱਚ ਆਪਾਂ ਸਿੰਪਲ ਮਸ਼ੀਨਾਂ ਦੇ ਲੀਵਰਾਂ ਅਤੇ ਉਹਨਾਂ ਦੇ ਗੇਅਰ ਸਿਸਟਮ ਬਾਰੇ ਜਾਣਕਾਰੀ ਹਾਸਲ ਕਰਾਂਗੇ। ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦੇ ਸਿਲੇਬਸ ਬਾਰੇ ਪਤਾ ਲੱਗਿਆ ਹੋਵੇਗਾ। ਆਪਾਂ ਹੁਣ ਅਗਲੀ ਵਾਰ ਆਪਾਂ ਬਿਲਕੁਲ ਬੇਸਿਕ ਤੋਂ ਸਟਾਰਟ ਕਰਾਂਗੇ ਵਰਕਸ਼ਾਪ ਐਂਡ ਸਾਇੰਸ। ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ।